ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਬਹ ਸੁਬਹ ਸਾਨੂੰ ਸਿੱਖਾਂ ਦਾ ਫੋਨ ਆਇਆ ਵੀ ਪ੍ਰਸ਼ਾਦਾ ਛਕਣ ਆਉਣਾ। ਮੈਂ ਕਿਹਾ ਮੈਂ ਇੰਨੀ ਕਰਮਾ ਵਾਲੀ ਹਾਂ, ਕਿਸਮਤ ਵਾਲੀ ਹਾਂ, ਜਿਹੜੇ ਮੇਰੇ ਘਰ ਬਾਹਰ ਆ ਖੁਸ਼ ਆ ਰਹੇ ਖਾਣਾ ਖਾਣ। ਅੱਜ 2 ਹਫ਼ਤੇ ਪਹਿਲਾਂ ਫੋਨ ਆਇਆ ਸੀ, ਇਹ ਹਰਿਮੰਦਰ ਸਾਹਿਬ ਤੋਂ ਆਇਆ। ਮੈਂ ਕਿਹਾ ਮੈਂ ਖੁਦ ਕਿਸਮਤ ਵਾਲੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਿੰਘ ਮਾਤਾ ਜੀ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਆਏ ਹਾਂ, ਅਤੇ ਜਿਵੇਂ ਕਿ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਮਾਤਾ ਜੀ ਹੁਣ ਕਾਫੀ ਸੇਵਾ ਕਰਦੇ ਹਨ, ਜੋ ਸਿੱਖ ਪਰਿਵਾਰਾਂ ਦੀ, ਬੱਚਿਆਂ ਦੀ, ਜਿਹੜੇ ਇੱਥੇ ਵੀਰ ਆਪਣੇ ਰਹਿੰਦੇ, ਇਕੱਲੇ ਰਹਿੰਦੇ ਆ, ਉਹ ਇੱਥੇ ਆ ਕੇ ਆਪਣਾ ਘਰ ਵਾਲਾ ਮਾਹੌਲ, ਇੰਡੀਆ ਵਾਲਾ ਮਾਹੌਲ ਇੱਥੇ ਪ੍ਰਸ਼ਾਦਾ ਛਕ ਕੇ ਅਤੇ ਮਹਿਸੂਸ ਕਰਦੇ ਆ। ਤੇ ਸੰਗਤ ਦੇ ਕਹਿਣ ਦੇ ਉੱਤੇ ਅਸੀਂ ਵੀ ਫਿਰ ਅੱਜ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਸਾਗ ਤੇ ਮੱਕੀ ਦੀ ਰੋਟੀ ਛੱਕ ਕੇ ਜਾਵਾਂਗੇ, ਤੇ ਸਭ ਨੇ ਕਿਰਪਾ ਕੀਤੀ, ਅਸੀਂ 5 ਸਿੰਘ ਅੱਜ ਮਾਤਾ ਜੀ ਦੇ ਗ੍ਰਹਿ ਵਿਖੇ ਆਏ ਹਾਂ। ਬੜਾ ਹੀ ਵਧੀਆ ਸੁੰਦਰ ਤਰੀਕੇ ਦੇ ਨਾਲ ਮੱਕੀ ਦੀ ਰੋਟੀ, ਸਾਗ ਤੇ ਪ੍ਰਸ਼ਾਦਾ ਮਾਤਾ ਜੀ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇੱਕ ਵਾਰੀ ਜ਼ਰੂਰ ਮਾਤਾ ਜੀ ਕੋਲ ਆ ਕੇ ਇੱਥੇ ਪ੍ਰਸ਼ਾਦਾ ਛਕੋ, ਕਿਉਂਕਿ ਇੱਥੇ ਪ੍ਰਸ਼ਾਦਾ ਛਕ ਕੇ ਏਦਾਂ ਲੱਗਦਾ ਜਿਵੇਂ ਅਸੀਂ ਪੰਜਾਬ ਵਿੱਚ ਬਹਿ ਕੇ ਪ੍ਰਸ਼ਾਦਾ ਛਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਬਹ ਸੁਬਹ ਸਾਨੂੰ ਸਿੱਖਾਂ ਦਾ ਫੋਨ ਆਇਆ ਵੀ ਪ੍ਰਸ਼ਾਦਾ ਛਕਣ ਆਉਣਾ। ਮੈਂ ਕਿਹਾ ਮੈਂ ਇੰਨੀ ਕਰਮਾਂ ਵਾਲੀ ਹਾਂ, ਕਿਸਮਤ ਵਾਲੀ ਹਾਂ, ਜਿਹੜੇ ਮੇਰੇ ਘਰ ਬਾਹਰ ਆ ਖੁਸ਼ ਆ ਰਹੇ ਖਾਣਾ ਖਾਣ। ਅੱਜ 2 ਹਫ਼ਤੇ ਪਹਿਲਾਂ ਫੋਨ ਆਇਆ ਸੀ, ਇਹ ਹਰਿਮੰਦਰ ਸਾਹਿਬ ਤੋਂ ਆਇਆ। ਮੈਂ ਕਿਹਾ ਮੈਂ ਖੁਦ ਕਿਸਮਤ ਵਾਲੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਿੰਘ ਮਾਤਾ ਜੀ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਆਏ ਹਾਂ, ਅਤੇ ਜਿਵੇਂ ਕਿ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਮਾਤਾ ਜੀ ਹੁਣ ਕਾਫੀ ਸੇਵਾ ਕਰਦੇ ਹਨ, ਜੋ ਸਿੱਖ ਪਰਿਵਾਰਾਂ ਦੀ, ਬੱਚਿਆਂ ਦੀ, ਜਿਹੜੇ ਇੱਥੇ ਵੀਰ ਆਪਣੇ ਰਹਿੰਦੇ, ਇਕੱਲੇ ਰਹਿੰਦੇ ਆ, ਉਹ ਇੱਥੇ ਆ ਕੇ ਆਪਣਾ ਘਰ ਵਾਲਾ ਮਾਹੌਲ, ਇੰਡੀਆ ਵਾਲਾ ਮਾਹੌਲ ਇੱਥੇ ਪ੍ਰਸ਼ਾਦਾ ਛਕ ਕੇ ਅਤੇ ਮਹਿਸੂਸ ਕਰਦੇ ਆ। ਤੇ ਸੰਗਤ ਦੇ ਕਹਿਣ ਦੇ ਉੱਤੇ ਅਸੀਂ ਵੀ ਫਿਰ ਅੱਜ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਸਾਗ ਤੇ ਮੱਕੀ ਦੀ ਰੋਟੀ ਛਕ ਕੇ ਜਾਵਾਂਗੇ, ਤੇ ਸਤਿਗੁਰੂ ਨੇ ਕਿਰਪਾ ਕੀਤੀ, ਅਸੀਂ 5 ਸਿੰਘ ਅੱਜ ਮਾਤਾ ਜੀ ਦੇ ਗ੍ਰਹਿ ਵਿਖੇ ਆਏ ਹਾਂ। ਬੜਾ ਹੀ ਵਧੀਆ ਸੁੰਦਰ ਤਰੀਕੇ ਦੇ ਨਾਲ ਮੱਕੀ ਦੀ ਰੋਟੀ, ਸਾਗ ਤੇ ਪ੍ਰਸ਼ਾਦਾ ਮਾਤਾ ਜੀ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇੱਕ ਵਾਰੀ ਜ਼ਰੂਰ ਮਾਤਾ ਜੀ ਕੋਲ ਆ ਕੇ ਇੱਥੇ ਪ੍ਰਸ਼ਾਦਾ ਛਕੋ, ਕਿਉਂਕਿ ਇੱਥੇ ਪ੍ਰਸ਼ਾਦਾ ਛਕ ਕੇ ਏਦਾਂ ਲੱਗਦਾ ਜਿਵੇਂ ਅਸੀਂ ਪੰਜਾਬ ਵਿੱਚ ਬਹਿ ਕੇ ਪ੍ਰਸ਼ਾਦਾ ਛਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਬਹ ਸੁਬਹ ਸਾਨੂੰ ਸਿੱਖਾਂ ਦਾ ਫੋਨ ਆਇਆ ਵੀ ਪ੍ਰਸ਼ਾਦਾ ਛਕਣ ਆਉਣਾ। ਮੈਂ ਕਿਹਾ ਮੈਂ ਇੰਨੀ ਕਰਮਾਂ ਵਾਲੀ ਹਾਂ, ਕਿਸਮਤ ਵਾਲੀ ਹਾਂ, ਜਿਹੜੇ ਮੇਰੇ ਘਰ ਬਾਹਰ ਆ ਖੁਸ਼ ਆ ਰਹੇ ਖਾਣਾ ਖਾਣ। ਅੱਜ 2 ਹਫ਼ਤੇ ਪਹਿਲਾਂ ਫੋਨ ਆਇਆ ਸੀ, ਇਹ ਹਰਿਮੰਦਰ ਸਾਹਿਬ ਤੋਂ ਆਇਆ। ਮੈਂ ਕਿਹਾ ਮੈਂ ਖੁਦ ਕਿਸਮਤ ਵਾਲੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਿੰਘ ਮਾਤਾ ਜੀ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਆਏ ਹਾਂ, ਅਤੇ ਜਿਵੇਂ ਕਿ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਮਾਤਾ ਜੀ ਹੁਣ ਕਾਫੀ ਸੇਵਾ ਕਰਦੇ ਹਨ, ਜੋ ਸਿੱਖ ਪਰਿਵਾਰਾਂ ਦੀ, ਬੱਚਿਆਂ ਦੀ, ਜਿਹੜੇ ਇੱਥੇ ਵੀਰ ਆਪਣੇ ਰਹਿੰਦੇ, ਇਕੱਲੇ ਰਹਿੰਦੇ ਆ, ਉਹ ਇੱਥੇ ਆ ਕੇ ਆਪਣਾ ਘਰ ਵਾਲਾ ਮਾਹੌਲ, ਇੰਡੀਆ ਵਾਲਾ ਮਾਹੌਲ ਇੱਥੇ ਪ੍ਰਸ਼ਾਦਾ ਛਕ ਕੇ ਅਤੇ ਮਹਿਸੂਸ ਕਰਦੇ। ਤੇ ਸੰਗਤ ਦੇ ਕਹਿਣ ਦੇ ਉੱਤੇ ਅਸੀਂ ਵੀ ਫਿਰ ਅੱਜ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਸਾਗ ਤੇ ਮੱਕੀ ਦੀ ਰੋਟੀ ਛਕ ਕੇ ਜਾਵਾਂਗੇ, ਤੇ ਸਤਿਗੁਰੂ ਨੇ ਕਿਰਪਾ ਕੀਤੀ, ਅਸੀਂ 5 ਸਿੰਘ ਅੱਜ ਮਾਤਾ ਜੀ ਦੇ ਗ੍ਰਹਿ ਵਿਖੇ ਆਏ ਹਾਂ। ਬੜਾ ਹੀ ਵਧੀਆ ਸੁੰਦਰ ਤਰੀਕੇ ਦੇ ਨਾਲ ਮੱਕੀ ਦੀ ਰੋਟੀ, ਸਾਗ ਤੇ ਪ੍ਰਸ਼ਾਦਾ ਮਾਤਾ ਜੀ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇੱਕ ਵਾਰੀ ਜ਼ਰੂਰ ਮਾਤਾ ਜੀ ਕੋਲ ਆ ਕੇ ਇੱਥੇ ਪ੍ਰਸ਼ਾਦਾ ਛਕੋ, ਕਿਉਂਕਿ ਇੱਥੇ ਪ੍ਰਸ਼ਾਦਾ ਛਕ ਕੇ ਏਦਾਂ ਲੱਗਦਾ ਜਿਵੇਂ ਅਸੀਂ ਪੰਜਾਬ ਵਿੱਚ ਬਹਿ ਕੇ ਪ੍ਰਸ਼ਾਦਾ ਛਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।